ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਰਾਜ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹ ਕਰਨ ਲਈ ਅਤੇ ਪੰਜਾਬ ਨੂੰ ਹੋਰ ਤਰੱਕੀ ਦੇਣ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਰੋਪੜ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਇਸ ਸਮਝੌਤੇ 'ਤੇ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ RK ਵਰਮਾ ਅਤੇ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੇ ਦਾਸ ਨੇ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਅੱਜ ਅਸੀਂ IIT ਰੋਪੜ ਨਾਲ AMOU ਸਾਈਨ ਕੀਤਾ ਹੈ ਤਾਂ ਕਿ ਸਟੇਟ ਦੇ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰਮੋਟ ਕੀਤਾ ਜਾ ਸਕੇ ਅਤੇ ਅਸੀਂ ਜਿਹੜਾ ਮਿਸ਼ਨ ਇਨੋਵੇਟ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਹੈ ਇਹਦੇ ਵਿੱਚ ਰਿਸਰਚ, ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੋਰ ਅੱਗੇ ਲੈ ਜਾ ਸਕੀਏ ਅਤੇ ਇਸ ਮਿਸ਼ਨ ਨੂੰ ਕਾਮਯਾਬ ਬਣਾ ਸਕੀਏ। ਕਿਸ ਤਰ੍ਹਾਂ ਜਿਹੜੀ ਹੈਗੀ, ਕਿਹੜੇ ਕਿਹੜੇ ਪੁਆਇੰਟ ਸਾਡੇ ਸੰਭਾਲ ਨੂੰ ਰੱਖਿਆ ਗਿਆ? IIT ਰੋਪੜ ਕੋਲ ਕਾਫੀ ਸਾਰੀ ਫੀਲਡ ਦੇ ਵਿੱਚ ਬੜੀ ਮਹਾਰਤ ਹੈ ਔਰ ਇਹਨਾਂ ਨੇ ਕਾਫੀ ਕੇਪੇਬਿਲਿਟੀ ਡਿਵੈਲਪ ਕੀਤੀ ਹੈਗੀ, ਖਾਸ ਕਰ ਇਨਵਾਇਰਮੈਂਟ ਦੇ ਵਿੱਚ ਵੀ, ਜਿਵੇਂ ਵਾਟਰ ਹੈ, ਵਾਟਰ ਲਈ ਇਹਨਾਂ ਕੋਲ ਅੱਛੀ ਫੈਕਲਟੀ ਵੀ ਆਲਰੇਡੀ ਡਾਇਰੈਕਟਰ ਸਾਹਿਬ ਨੇ ਜਿਵੇਂ ਬਰੀਫ ਕੀਤਾ ਹੈਗਾ ਇਹਨਾਂ ਨੇ ਡਿਵੈਲਪ ਕੀਤੀ ਹੈਗੀ ਅਤੇ ਸਾਨੂੰ ਪੰਜਾਬ ਦੇ ਵਿੱਚ ਵਾਟਰ ਸੈਕਟਰ ਦੇ ਵਿੱਚ ਬਹੁਤ ਸਲਿਊਸ਼ਨ ਦੀ ਲੋੜ ਵੀ ਹੈ। ਇਸ ਦੇ ਨਾਲ ਹੀ ਜਿਵੇਂ ਅਸੀਂ ਕਹਿ ਰਹੇ ਸੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਜਿਹੜੇ ਸਲਿਊਸ਼ਨਸ ਚਾਹੀਦੇ ਹੈ, ਇੰਡਸਟਰੀ ਨੂੰ ਕੰਪੀਟੀਟਿਵ ਬਣਾਉਣ ਵਾਸਤੇ, ਇੰਡਸਟਰੀ ਨੂੰ ਹੋਰ ਡਿਵੈਲਪ ਕਰਨ ਵਾਸਤੇ, ਖਾਸ ਕਰ ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼ ਨੂੰ ਟੈਕਨੋਲੋਜੀ ਸਪੋਰਟ ਦੇਣ ਵਾਸਤੇ, ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈ ਉਹਨਾਂ ਨੂੰ ਪੂਰੀ ਕਰਨ ਵਾਸਤੇ IIT IIT ਕਾਫੀ ਮਦਦ ਕਰ ਸਕਦੀ ਹੈਗੀ। ਇਹਨਾਂ ਕੋਲ ਬਹੁਤ ਹੀ ਵਧੀਆ ਰਿਸੋਰਸਿਸ ਹੈ, ਇਹਨਾਂ ਕੋਲ ਲੈਬ ਹੈ, ਇਨਫਰਾਸਟ੍ਰਕਚਰ ਹੈ, ਸਟੂਡੈਂਟਸ ਵੀ ਹੈ ਜਿਹੜੇ ਕਿ ਪ੍ਰੋਜੈਕਟ 'ਤੇ ਕੰਮ ਕਰ ਸਕਦੇ ਹੈ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ MOU ਅਸੀਂ ਸਾਈਨ ਕੀਤਾ ਹੈਗਾ, ਇਸ MOU ਨਾਲ ਅਸੀਂ ਇੰਡਸਟਰੀ ਦੀ ਵੀ, ਅਸੀਂ ਜਿਹੜੀ ਗਵਰਨਮੈਂਟ ਦੇ ਪ੍ਰੋਗਰਾਮਸ ਹੈ ਇਹ ਦੋਨਾਂ ਨੂੰ ਹੀ ਅੱਗੇ ਲਿਜਾਣ ਦੇ ਵਿੱਚ ਕਾਮਯਾਬ ਹੋਵਾਂਗੇ। ਇਸ ਸਮਝੌਤੇ ਦਾ ਮੂਲ ਉਦੇਸ਼ ਆਰਥਿਕ ਵਿਕਾਸ ਨੂੰ ਉਤਸ਼ਾਹ ਕਰਨ ਅਤੇ ਨੌਕਰੀਆਂ ਪੈਦਾ ਕਰਨ ਲਈ ਆਪਸੀ ਹਿੱਤਾਂ ਦੇ ਖੇਤਰ ਵਿੱਚ ਖੋਜ ਅਤੇ ਨਵੀਨਤਾ ਲਈ ਸਹਿਕਾਰੀ ਪ੍ਰੋਗਰਾਮ ਉਲੀਕਣਾ ਹੈ। ਸਭ ਤੋਂ ਪਹਿਲੇ ਤੋਂ ਮੈਂ ਬਤਾਊਂਗਾ ਕਿ ਪਾਣੀ ਕਾ ਜੋ ਮੁੱਦਾ ਹੈ, ਵਾਟਰ ਕਾ, ਵਾਟਰ ਕਾ ਸਿਰਫ ਇੱਕ ਕੋਈ ਹਿੱਸਾ ਨਹੀਂ, ਸਾਰੇ ਚੀਜ਼ ਹੈ ਕਿ ਵਾਟਰ ਰਿਸੋਰਸਿਸ ਕੈਸਾ ਹੈ, ਉਸਕਾ ਮੈਪਿੰਗ ਕਰਨਾ ਹੈ ਔਰ ਵਾਟਰ ਰਿਸੋਰਸ ਕੋ ਯੂਟੀਲਾਈਜੇਸ਼ਨ ਕੈਸੇ ਕਰਨਾ ਹੈ, ਉਸਕੇ ਬਾਅਦ ਪੋਲਿਊਸ਼ਨ, ਵਾਟਰ ਪੋਲਿਊਸ਼ਨ ਔਰ ਇਸਕਾ ਸਾਥ ਜੋੜੇ ਹੋਏ ਹੈ ਇੰਡਸਟਰੀ ਵੀ, ਕਿਉਂਕਿ ਬਹੁਤ ਸਾਰੇ ਇੰਡਸਟਰੀ ਹੈ ਜਿਸਕਾ ਦਿੱਕਤੇ ਹੈ ਕਿ ਉਹ ਪੋਲਿਊਸ਼ਨ ਕੰਟਰੋਲ ਮੈਕੈਨਿਜ਼ਮ ਨੇ ਉਨਕੋ ਬੋਲਤੇ ਹੈਂ ਕਿ ਆਪ ਜੋ ਪਾਣੀ ਛੋੜਤੇ ਹੈ ਉਸਕੋ ਸਾਫ਼ ਕੀਜੀਏ, ਲੇਕਿਨ ਕੈਸੇ ਕੀਆ ਜਾਏ ਉਸਕੋ, ਉਸਕਾ ਜੋ ਹਰ ਇੰਡਸਟਰੀ ਕਾ ਸੇਪਰੇਟ ਸੇਪਰੇਟ ਮੁੱਦੇ ਹੋਤੇ ਹੈ, ਜੈਸੇ ਕਿ ਜੋ ਲੇਦਰ ਇੰਡਸਟਰੀ ਉਨਕਾ ਵਾਟਰ ਟ੍ਰੀਟਮੈਂਟ ਔਰ ਆਪਕਾ ਜੋ ਪਲਾਸਟਿਕ ਇੰਡਸਟਰੀ ਉਸਕਾ ਵਾਟਰ ਟ੍ਰੀਟਮੈਂਟ ਯਾ ਫਾਰਮਾਸਿਊਟੀਕਲ ਇੰਡਸਟਰੀ ਉਨਕਾ ਜੋ ਵਾਟਰ ਟ੍ਰੀਟਮੈਂਟ, ਇਹ ਇੱਕ ਨਹੀਂ ਹੋ ਸਕਦਾ, ਇਹ ਹਰ ਸੈਕਟਰ ਕੇ ਲੀਏ ਸੇਪਰੇਟ ਸੇਪਰੇਟ ਸੋਲਿਊਸ਼ਨ ਦੇਣਾ ਪੜਤਾ ਹੈ, ਤੋ ਯੇ ਹਮ ਦੇ ਸਕਦੇ ਹੈ, ਹਮਾਰਾ ਪਾਸ ਯੇ ਐਕਸਪਰਟੀਜ਼ ਹੈ ਔਰ ਇਸਕੇ ਸਾਥ ਸਾਥ ਬਾਕੀ ਦੋ ਚੀਜ਼ ਜੋ ਕਿ ਪੰਜਾਬ ਕੇ ਲੀਏ ਬਹੁਤ ਹੀ ਅਹਿਮ ਮੁੱਦੇ ਹੈ, ਇੱਕ ਤੋ ਹੈ ਹੈਲਥ ਕੇਅਰ, ਆਪਕੋ ਪਤਾ ਹੈ ਪੰਜਾਬ ਮੇਂ ਕੈਂਸਰ ਕੇਸਿਸ ਬਹੁਤ ਹਾਈ ਹੈ ਔਰ ਇਸਕੇ ਬਾਰੇ ਮੇਂ ਖੋਜ ਕਰਨਾ ਔਰ ਇਹ ਵੀ ਵਾਟਰ ਸੇ ਜੁੜੇ ਹੋਏ ਹੈ, ਪਾਣੀ ਮੇਂ ਹੈਵੀ ਮੈਟਲ ਕਿਤਨਾ ਹੈ, ਪੇਸਟੀਸਾਈਡ ਕਿਤਨੇ ਜਾਤੇ ਹੈ ਇਸਕੇ ਸਾਥ ਯੇ ਜੁੜੇ ਹੋਏ ਹੈ, ਉਸਕੇ ਬਾਰੇ ਮੇਂ ਸ਼ੋਧ ਕਰਨਾ ਔਰ ਉਸਕੇ ਬਾਰੇ ਮੇਂ ਸੋਲਿਊਸ਼ਨਸ ਲਾਣਾ, ਯੇ ਔਰ ਇੱਕ ਮੁੱਦਾ ਹੈ ਔਰ ਤੀਸਰਾ ਜੋ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਉਹ ਹੈ ਕਿ ਮੈਨੂਫੈਕਚਰਿੰਗ ਕਾ, ਪੰਜਾਬ ਤੋਂ ਕਭੀ ਮੈਨੂਫੈਕਚਰਿੰਗ ਕਾ ਮਸ਼ਹੂਰ ਥਾ ਸਾਰੇ ਇੰਡੀਆ ਮੇਂ, ਲੇਕਿਨ ਅਭੀ ਨਹੀਂ ਰਹੇ, ਉਸਕੇ ਕਾਰਨ ਯੇ ਹੈ ਕਿ ਜੈਸੇ ਦੁਨੀਆ ਆਗੇ ਚਲਤੇ ਰਹੇ ਹਮਕੋ ਆਪਣੇ ਕੋ ਅਪਡੇਟ ਨਹੀਂ ਕਰ ਪਾਏ ਔਰ ਉਹ ਅਪਡੇਟ ਕਰਨੇ ਕੇ ਲੀਏ ਨਏ ਤਰੀਕੇ ਜੋ ਹੈ, ਹਮਾਰਾ ਯਹਾਂ ਇੰਟਰਪ੍ਰੀਨਰਸ਼ਿਪ ਬਹੁਤ ਅੱਛਾ ਹੈ, ਹਮ ਜਿਸਕੋ ਜੁਗਾੜ ਕਹਤੇ ਹੈ ਉਸੀ ਕੋ ਦੁਨੀਆ ਇਨੋਵੇਸ਼ਨ ਕਹਤੇ ਹੈ, ਲੇਕਿਨ
वो इनोवेशन को जो एक एक पॉकेट में रह गए हैं, जिसको एक स्ट्रीमलाइन में ला के उसको एक मेथड बना के और दुनिया का सामने पेश करना है। और उसमें आईआईटी रोपड़ बहुत मदद कर सकता है, क्योंकि हमारा मैन्युफैक्चरिंग सेक्शन का स्ट्रेंथ बहुत ही अच्छा है सारे देश में। इनफैक्ट ये जो MHRD मिनिस्ट्री ऑफ ह्यूमन रिसोर्स डेवलपमेंट ने हमारे आईआईटी रोपड़ को मैन्युफैक्चरिंग के लिए नेशनल रिसोर्स सेंटर डिक्लेयर किया है। इसका तो बहुत सारे हिस्से हैं। एक है जो सेक्रेटरी साहब ने बोले हैं कि जो ये स्टबल बॉन्डिंग का जो प्रॉब्लम है, इसके लिए हमने 2-3 चीज़ें की हैं। एक हमने एक बेलिंग मशीन बनाया, इंडिजेनस है, हमारे प्रोफेसर प्रवीर सरकार ने ये बनाए हैं। और इसका जो इसका भाव भी बहुत कम है, जैसे कि यू नो इंटरनेशनल बेलिंग मशीन 15-20 लाख रुपया में मिलता है, ये 2.5-3 लाख रुपया का होगा। और इससे हम ये जो ग्राउंड से बेल करके हम इसको तो या तो इसको मैन्योर में बदल सकते हैं, या इसको हम और एक टेक्नोलॉजी डेवलप किया कि इससे बोर्ड बनाया जा सकता है, वो भी हमारा और एक प्रोफेसर नवीन कुमार ने किए हैं। तो ये सारे सॉल्यूशंस हम देने की कोशिश कर रहे हैं। अभी ये चर्चा पे है गवर्नमेंट का साथ भी, और हम सोचते हैं कि आने वाले दिन में हम इसको ज़रूर इस्तेमाल करके स्टेबल बॉन्डिंग का प्रॉब्लम को और भी बेहतर। इस समझौते के तहत पंजाब नूं पराली साड़न अते पानी की समस्या तो मुक्त करने लई विशेष तौर पर खोज प्रबंध किए जाएंगे। रोपड़ तो सुरजीत सिंह गांधी की रिपोर्ट, डेली पोस्ट, पंजाबी। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ, ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ।